ਅੱਜ ਇਹ ਇਕੱਠ ਕੀਤਾ ਗਿਆ। ਤੁਸੀਂ ਆਪਣਾ ਟਾਈਮ ਖਰਾਬ ਕਰਕੇ ਦਿਹਾੜੀ ਤੋੜ ਕੇ ਇਹ ਵਰਤੀ ਕਾਲ ਤੇ ਇਹ ਮੰਨ ਲਓ ਵੀ ਆਏ ਖਰਾਬ ਕਰਕੇ ਜਿਹੜੇ ਬੁਲਾਰੇ ਬੋਲਣਾ ਚਾਹੁੰਦੇ ਨੇ ਨਹੀਂ ਕੋਈ ਮਾਲਕ ਅੰਮ੍ਰਿਤਸਰ ਦੇ ਵਿੱਚ ਅੱਜ ਆਟੋ ਚਾਲਕਾਂ ਵੱਲੋਂ ਹੜਤਾਲ ਕੀਤੀ ਗਈ ਹੈ ਅਤੇ ਕਿਰਾਏ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ। ਆਟੋ ਯੂਨੀਅਨ ਦੇ ਪ੍ਰਧਾਨ ਤੀਰਥ ਸਿੰਘ ਪੰਗਾਲੀ ਨੇ ਕਿਹਾ ਹੈ ਕਿ ਜੋ ਲੋਕ ਅੱਜ ਦੀ ਹੜਤਾਲ ਵਿੱਚ ਸ਼ਾਮਲ ਨਹੀਂ ਹੋਏ ਹਨ ਉਹ ਯੂਨੀਅਨ ਦਾ ਹਿੱਸਾ ਨਹੀਂ ਹਨ। ਉਹਨਾਂ ਹੋਰ ਕੀ ਕੁਝ ਕਿਹਾ ਹੈ ਆਓ ਸੁਣਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਜੀ ਤੀਰਥ ਸਿੰਘ ਕੌਲੀ, ਸ੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਆਲ ਪੰਜਾਬ ਰਾਜ ਜਥੇਬੰਦੀ ਦਾ ਪੰਜਾਬ ਦਾ ਪ੍ਰਧਾਨ ਆ। ਅੱਜ ਦਾ ਜਿਹੜਾ ਸਾਡਾ ਸੱਦਾ ਆ, ਤੁਸੀਂ ਦੇਖਿਆ ਕਿ 1,500-1,500 ਦੇ ਅੰਦਰ ਬਾਹਰ ਸਾਡੇ ਜਿਹੜੇ ਲੋਕ ਆ ਆਟੋ ਵਾਲੇ ਤੇ ਬੈਟਰੀ ਵਾਲੇ ਜਿਹੜੇ ਆਏ ਆ, ਉਹਦੇ ਵਿੱਚ ਸਾਡੀ ਮੰਗ ਇੱਕੋ ਹੀ ਆ ਕਿ ਅਸੀਂ 20 ਰੁਪਏ ਕਿਰਾਇਆ ਜਿਹੜਾ ਉਹ ਰੈਗੂਲਰ ਲੈਣਾ ਚਾਹੁੰਦੇ ਹਾਂ ਅਤੇ ਸਾਡੇ ਜਿਹੜੇ ਕੁਝ ਲੋਕ ਸਫ਼ਰ ਕਰਨ ਵਾਲੇ ਉਹ 10 ਰੁਪਏ ਦੀ ਗੱਲ ਕਰਦੇ ਆ ਅਤੇ ਕੁਝ ਲੋਕ ਆਟੋ ਵਾਲੇ ਜਿਹੜੇ ਆ ਉਹ 10 ਰੁਪਏ ਲੈਂਦੇ ਆ ਅਤੇ ਕੁਝ 20 ਰੁਪਏ ਲੈਂਦੇ ਆ। ਇੱਕੋ ਹੀ ਮਕਸਦ ਹੈ ਕਿ ਸਾਡਾ ਰੈਗੂਲਰ ਕਿਰਾਇਆ ਜਿਹੜਾ ਵਾ ਉਹ 20 ਰੁਪਏ ਓਪਨ ਹੋ ਜਾਵੇ ਅਤੇ ਉਹਦੇ ਨਾਲ ਅਸੀਂ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰਦੇ ਹਾਂ ਉਹਦੇ 'ਚ ਸਾਨੂੰ ਥੋੜ੍ਹਾ ਆਸਾਨ ਹੋ ਜਾਵੇ, ਕਿਉਂਕਿ 10 ਰੁਪਏ ਸਵਾਰੀ ਲੈਣ ਦੇ ਨਾਲ ਸਾਡੇ ਪਰਿਵਾਰ ਦੇ ਖਰਚੇ ਨਹੀਂ ਪੂਰੇ ਹੋ ਸਕਦੇ, ਸਾਡੇ ਗੱਡੀਆਂ ਦੇ ਖਰਚੇ ਨਹੀਂ ਪੂਰੇ ਹੋ ਸਕਦੇ। 400-500 ਰੁਪਏ ਦਾ ਤੇਲ ਸਾਡੀ ਗੱਡੀ ਦੇ ਵਿੱਚ ਰੋਜ਼ ਲੱਗਦਾ ਅਤੇ ਜੇ 400-500 ਰੁਪਇਆ ਅਸੀਂ ਕਮਾਵਾਂਗੇ ਅਤੇ 400-500 ਦਾ ਤੇਲ ਪਾ ਕੇ ਅਤੇ ਅਸੀਂ ਘਰੇ ਕੀ ਲੈ ਕੇ ਜਾਵਾਂਗੇ, ਆਪਣੀ ਗੱਡੀ ਦੀ ਕਿਸ਼ਤ ਕਿੱਥੋਂ ਉਤਾਰਾਂਗੇ। ਕਿਰਾਏ ਘੱਟ ਕਰਕੇ ਸਾਡੀ ਜਿਹੜੀ ਕਿ ਅੱਜ ਦੀ ਜਿਹੜੀ ਹੜਤਾਲ ਹੈਗੀ ਹੈ, ਕਿਉਂਕਿ ਡੀਜ਼ਲ ਦੇ ਰੇਟ ਬਹੁਤ ਵੱਧ ਚੁੱਕੇ ਨੇ, ਸਾਡੀਆਂ ਜਿਹੜੀਆਂ ਮਸ਼ੀਨਰੀਆਂ ਦੇ ਜਿਹੜੇ ਪੁਰਜੇ ਹੈਗੇ ਆ ਅਤੇ ਮਿਸਤਰੀ ਤੱਕ ਦੀ ਲੇਬਰ ਵੱਧ ਚੁੱਕੀ ਹੋਈ ਆ, ਠੀਕ ਹੈ ਜੀ। ਇਸ ਕਰਕੇ ਅੱਜ ਦੀ ਜਿਹੜੀ ਸਾਡੀ ਹੜਤਾਲ ਹੈਗੀ ਆ ਅਤੇ ਸਾਡੀ ਮਤਲਬ ਇਹੀ ਰਿਕੁਐਸਟ ਹੈਗੀ ਸਾਰਿਆਂ ਨੂੰ ਕਿ ਭਾਈ ਕਿਰਾਇਆ ਤੁਸੀਂ ਪੂਰਾ ਲਿਆ ਕਰੋ ਅਤੇ ਘੱਟ ਕਿਰਾਇਆ ਨਾ ਲਓ ਤੁਸੀਂ। ਕਿੰਨੇ ਕਿਰਾਏ ਦੀ ਮੰਗ ਨੂੰ ਲੈ ਕੇ ਤੁਸੀਂ? ਅਸੀਂ ਸਿਰਫ ਓਨਲੀ 20 ਰੁਪਏ ਦੀ ਸਾਡੀ ਕਿਰਾਏ ਦੀ ਮੰਗ ਹੈਗੀ ਜੇ, ਜ਼ਿਆਦਾ ਅਸੀਂ ਮੰਗ ਕੋਈ ਕਰਦੇ ਨਹੀਂ ਜੇ। ਹਾਂਜੀ, 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 ਇਸੇ ਮਕਸਦ ਕੇ ਮਤਲਬ ਕਿ ਕੋਈ ਵੀ ਜਿਹੜਾ ਆਟੋ ਵਾਲਾ ਵਾ ਜੇਕਰ ਸਾਡਾ ਰੇਟ ਵੱਧਦਾ ਵਾ ਤਾਂ ਸਾਰਿਆਂ ਵਾਸਤੇ ਹੀ ਹੈਗਾ ਵਾ, ਕਿਉਂਕਿ ਲਾਗੇ ਸਾਡੇ ਪੁਰਾਣੇ ਪਰਿਵਾਰ ਜਿਹੜੇ ਆਪਣੇ ਹੈਗੇ ਆ, ਬੱਚੇ ਵੀ ਪੜ੍ਹਾਉਣੇ ਹੈਗੇ ਆ, ਸਾਰਾ ਕੁਝ ਫੀਸਾਂ ਤੱਕ ਦੇਣੀਆਂ ਹੁੰਦੀਆਂ ਵਾ। ਮਕਸਦ ਇਹ ਆ ਕਿ ਸਾਰੇ ਦੇ ਇਹਦੇ ਨਾਲ ਹੀ ਆਪਾਂ ਨੂੰ ਚੱਲਣਾ ਪੈਣਾ ਵਾ ਕਿ 20 ਰੁਪਏ ਕਿਰਾਇਆ ਹੀ ਲੈਣਾ ਚਾਹੀਦਾ ਵਾ। ਜਦ ਤੱਕ ਮਤਲਬ ਕਿ ਸਾਡਾ ਮਕਸਦ ਨਹੀਂ ਪੂਰਾ ਹੁੰਦਾ ਜੀ। ਲੇਕਿਨ ਬਹੁਤ ਸਾਰੇ ਆਟੋ ਸ਼ਹਿਰ ਦੇ ਵਿੱਚ ਚੱਲਦੇ ਵੀ ਪਏ ਆ, ਉਹ ਬੇਵਕੂਫ ਹੈਗੇ ਆ ਜਿਹੜੇ ਕਿ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।